ਨਗਾਰਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਆ। ਮੈਂ ਹਰਦੇਵ ਪ੍ਰਿੰਸ। ਪੱਤਰਕਾਰਾਂ ਤੇ ਲਗਾਤਾਰ ਹੋ ਰਹੇ ਹਮਲੇ ਜਿਹੜੇ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਨੇ। ਸਮਾਜ ਵਿਰੋਧੀ ਅਨਸਰ ਜਿਹੜੇ ਉਹ ਤਾਂ ਪੱਤਰਕਾਰਾਂ ਨੂੰ ਧਮਕੀਆਂ ਦੇ ਹੀ ਰਹੇ ਨੇ, ਬਟ ਅੱਜ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਚਵਿੰਡਾ ਦੇ ਵਿਖੇ, ਜਿੱਥੇ ਕਿ ਇੱਕ ਪੱਤਰਕਾਰ ਔਰ ਸਮਾਜ ਸੇਵਕ ਬਲਵਿੰਦਰ ਸ਼ਰਮਾ, ਜੋ ਕਿ ਨਸ਼ੇ ਦੇ ਖਿਲਾਫ ਰੈਲੀਆਂ ਕੱਢਦਾ ਸੀ, ਚੌਂਕੀ ਇੰਚਾਰਜ ਹਰਜੀਤ ਸਿੰਘ ਚਵਿੰਡਾ ਦੇ ਵੀ ਪਲੱਸ SHO ਕੱਥੂ ਨੰਗਲ ਪਰਮਵੀਰ ਸਿੰਘ ਵਿਰਦੀ ਨੇ ਸਾਂਝੇ ਤੌਰ 'ਤੇ ਉਸ ਨੂੰ ਇੱਕ ਧਮਕੀ ਦਿੱਤੀ ਕਿ ਬਲਵਿੰਦਰ ਜੀ, ਤੁਸੀਂ ਆਪਣੀ ਨਸ਼ੇ ਦੀ ਸਪੀਡ 'ਤੇ ਥੋੜ੍ਹਾ ਕੰਟਰੋਲ ਕਰ ਲਵੋ, ਨਹੀਂ ਤਾਂ ਤੁਹਾਡਾ ਨਾਂ ਵੀ ਇਹਨਾਂ ਦੇ ਵਿੱਚ ਸ਼ੁਮਾਰ ਕਰਕੇ ਤੁਹਾਨੂੰ ਵੀ ਨਜ਼ਰਬੰਦ ਕੀਤਾ ਜਾਵੇਗਾ। ਅੱਜ ਸਾਡੇ ਨਾਲ ਸ਼ਾਮਿਲ ਨੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰ ਦੇ ਯੁਵਾ ਪ੍ਰਧਾਨ ਸੰਜੀਵ ਭਾਸਕਰ ਜੀ, ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਸਕਰ ਸਾਹਿਬ, ਕੀ ਕਾਰਨ ਹੈ ਕਿ ਜਿਹੜੇ ਇਹ ਬਲਵਿੰਦਰ ਸਿੰਘ ਧਮਕੀਆਂ ਮਿਲ ਰਹੀਆਂ, ਅਤੇ ਸ਼ਿਵ ਸੈਨਾ ਇਸ ਬਾਰੇ ਕੀ ਸੋਚ ਕਰਨ ਤੋਂ ਕਰੀ ਹੈ? ਲਗਾਤਾਰ ਉਪਰਾਲੇ ਕਰ ਰਹੇ ਨੇ ਕਿ ਲੋਕਾਂ ਤੱਕ ਇਹ ਸੰਕੇਤ ਪਹੁੰਚਾ ਰਹੇ ਨੇ ਇਹਨਾਂ ਚੀਜ਼ਾਂ ਦਾ। ਦੂਸਰੀ ਗੱਲ, ਪਿਛਲੇ ਦਿਨੋਂ ਵੈਸੇ ਤਾਂ ਕਾਫੀ ਸਮੇਂ ਤੋਂ ਬਲਵਿੰਦਰ ਜੀ ਦਿਹਾਤ ਦੇ ਵਿੱਚ ਸਕ੍ਰਿਯ ਸਨ, ਸਾਡੇ ਦਿਹਾਤੀ ਪ੍ਰਧਾਨ ਨੇ, ਯੁਵਾ ਦੇ ਸ਼ਿਵਸੈਨਾ ਦੇ, ਔਰ ਨਾਲ ਨਾਲ ਇਹ ਪੱਤਰਕਾਰ ਵੀ ਹੈ। ਇਹਨਾਂ ਨੂੰ ਕਾਫੀ ਦਿਨਾਂ ਤੋਂ, ਕਾਫੀ ਸਮੇਂ ਤੋਂ ਇਹ ਲਗਾਤਾਰ ਉਪਰਾਲੇ ਕਰ ਰਹੇ ਸਨ ਕਿ ਜਿਹੜੇ ਨਸ਼ਾ ਦਾ ਵਪਾਰ ਕਰਨ ਵਾਲੇ, ਨਸ਼ੇ ਦੇ ਸੌਦਾਗਰ ਨੇ, ਜਿਹੜੇ ਸਮਾਜ ਦੇ ਵਿੱਚ ਆਉਣ ਵਾਲੇ ਸਾਡੇ ਭਵਿੱਖ ਦੇ ਉੱਪਰ ਇੱਕ ਸਿਉਂਕ ਵਰਗੇ ਲੱਗਦੇ ਜਾ ਰਹੇ ਨੇ, ਉਹਨਾਂ ਨੂੰ ਨਕੇਲ ਪਾ ਰਹੇ ਸੀ। ਔਰ ਪਿਛਲੇ ਸਮੇਂ ਤੋਂ ਇਹਨਾਂ ਨੇ ਕੁਛ ਨਸ਼ੇ ਦੇ ਵਪਾਰੀਆਂ ਨੂੰ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕੀਤਾ, ਔਰ ਇੱਥੋਂ ਦੇ ਚੌਂਕੀ ਇੰਚਾਰਜ ਹਰਜੀਤ ਸਿੰਘ ਅਤੇ SHO ਪਰਮਜੀਤ ਸਿੰਘ, ਮੇਰੇ ਹਿਸਾਬ ਨਾਲ ਇਹਨਾਂ ਨੂੰ ਸ਼ਾਬਾਸ਼ ਦੇਣ ਦੀ ਬਜਾਏ, ਇਹਨਾਂ ਦਾ ਸਾਥ ਦੇਣ ਦੀ ਬਜਾਏ, ਉਹਨਾਂ ਨੇ ਉਲਟਾ ਇਹਨਾਂ ਨੂੰ ਧਮਕੀ ਲਾ ਦਿੱਤੀ ਕਿ ਬਲਵਿੰਦਰ ਜੀ, ਇਹ ਜਿਹੜੀ ਚੀਜ਼ ਹੈ ਇਹਨੂੰ ਕੰਟਰੋਲ ਕਰੋ, ਇਹਦੀ ਸਪੀਡ ਨੂੰ ਕੰਟਰੋਲ ਕਰੋ, ਨਹੀਂ ਤਾਂ ਤੁਹਾਨੂੰ ਇਹਨਾਂ ਦੇ ਗੈਂਗਸਟਰਾਂ ਦੇ ਨਾਲ, ਇਹਨਾਂ ਦੇ ਨਾਲ ਪਾ ਕੇ ਤੁਹਾਨੂੰ ਹਵਾਲਾਤ ਦੇ ਵਿੱਚ ਭੇਜ ਦਿੱਤਾ ਜਾਏਗਾ। ਉਸ ਧਮਕੀ ਨੂੰ ਉਹਨਾਂ ਨੇ ਸੋਚਿਆ, ਸ਼ਰਮਾ ਜੀ ਕਰ ਜਾਣਾ, ਲੇਕਿਨ ਸ਼ਿਵ ਸੈਨਾ ਕਦੀ ਨਹੀਂ ਡਰੀ। ਸਾਡੇ ਹਿੰਦੂ ਹਰਦੇ ਸਮਰਾਟ ਸ਼੍ਰੀ ਬਾਲਾ ਸਾਹਿਬ ਠਾਕਰੇ ਜੀ ਨੇ ਹਮੇਸ਼ਾ ਅਨਿਆਇ ਦੇ ਵਿਰੁੱਧ ਲੜਿਆ, ਔਰ ਪੂਰੀ ਸ਼ਿਵ ਸੈਨਾ ਅੰਮ੍ਰਿਤਸਰ ਦੀ ਟੀਮ, ਉਹ ਪੂਰੇ ਪੰਜਾਬ ਦੀ ਸ਼ਿਵ ਸੈਨਾ ਨਾਲ ਖੜੀ ਹੈ। ਅਸੀਂ ਇਸ ਦੇ ਸੰਬੰਧ ਵਿੱਚ IG ਸਾਹਿਬ ਨੂੰ ਵੀ, ਸਾਡਾ ਇੱਕ ਡੈਲੀਗੇਟ ਮਿਲਿਆ ਸੀ ਅੱਗੇ, IG ਸਾਹਿਬ ਨੇ ਸਾਨੂੰ ਵਿਸ਼ਵਾਸ ਦਿਲਾਇਆ ਔਰ ਉਹਨਾਂ ਨੇ SSP ਸਾਹਿਬ ਨੂੰ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਪਰ ਅਸੀਂ SSP ਸਾਹਿਬ ਨੂੰ ਕਈ ਵਾਰੀ ਮਿਲਣ ਦੀ ਕੋਸ਼ਿਸ਼ ਕੀਤੀ, ਕਈ ਵਾਰੀ ਟਾਈਮ ਲੈ, ਕਈ ਵਾਰੀ ਮਿਲੇ ਹੀ ਨਹੀਂ ਸਾਨੂੰ, ਲਗਭਗ ਉਹ ਅਸੀਂ ਕਈ ਵਾਰੀ ਗਏ ਹਾਂ। ਅਤੇ ਮੇਰੇ ਹਿਸਾਬ ਨਾਲ ਇੱਥੋਂ ਤਾਂ ਇਹੀ ਹਿਸਾਬ ਹੁੰਦਾ ਕਿ ਸਾਡੀ ਤਾਂ ਸਿੱਧਾ ਦੀ ਭੰਡੀਰੀ ਹੀ ਗਲਤ ਹੈਗੀ ਹੈ। ਅਸੀਂ ਅੱਜ ਪੰਜਾਬ ਦੇ DGP ਸਾਹਿਬ ਔਰ ਸਾਡੇ ਮੁੱਖ ਮੰਤਰੀ ਸਾਹਿਬ, ਉਹਨਾਂ ਕੋਲ ਇਹੀ ਮੰਗ ਕਰਦੇ ਹਾਂ ਕਿ ਅਗਰ ਇਹ ਇੰਚਾਰਜ ਸਾਹਿਬ ਅਤੇ ਆਪਣੇ SHO ਵਿਰਦੀ ਸਾਹਿਬ ਵਿਰਦੀ ਨੂੰ ਅਗਰ ਇਹਨਾਂ ਨੂੰ ਆਪਣੀ ਨੌਕਰੀ ਤੋਂ ਬਰਖਾਸਤ ਨਾ ਕੀਤਾ ਗਿਆ, ਅਤੇ ਇੱਥੇ ਕੋਈ ਵਧੀਆ ਅਤੇ ਕਾਬਲ ਅਫਸਰ ਨਾ ਲਾਇਆ ਗਿਆ, ਅਤੇ ਸ਼ਿਵ ਸੈਨਾ ਆਪਣਾ ਵਿਰੋਧ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਕਰੇਗੀ। ਔਰ ਇਸ ਤਰ੍ਹਾਂ ਅਸੀਂ 72 ਘੰਟੇ ਦਾ ਅਲਟੀਮੇਟਮ ਦੇ ਰਹੇ ਹਾਂ, 72 ਘੰਟੇ ਦੇ ਵਿੱਚ ਸਾਨੂੰ ਕਾਰਵਾਈ ਚਾਹੀਦੀ ਹੈ, ਨਹੀਂ ਤਾਂ ਸ਼ਿਵ ਸੈਨਾ ਆਪਣੇ ਅੰਦਾਜ਼ ਦੇ ਵਿੱਚ ਇਹਨਾਂ ਨੂੰ ਨੌਕਰੀ ਪਾਏਗੀ ਔਰ ਪੂਰੇ ਪੰਜਾਬ 'ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏਗੀ। ਇਹ ਉਦੋਂ ਤੱਕ ਪ੍ਰਦਰਸ਼ਨ ਚੱਲਦਾ ਰਹੇਗਾ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਣ। ਸੰਜੀਵ ਜੀ, ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਜਿਹੜੇ ਚੌਂਕੀ ਇੰਚਾਰਜ ਹਰੀਤ ਸਿੰਘ ਖੁਦ ਵੀ ਜੋ ਕਿ ਨਸ਼ੇ ਦਾ ਸੇਵਨ ਕਰਦਾ ਹੈ, ਇਸ ਸੰਬੰਧੀ ਤੁਸੀਂ ਕੀ ਇਹਦੇ ਡੋਪ ਟੈਸਟ ਦੀ ਵੀ ਮੰਗ ਕਰੋਗੇ? ਬਿਲਕੁਲ, ਮੇਰੇ ਖਿਆਲ ਨਾਲ ਉਹ ਅਗਰ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਵੀ ਕਰਦਾ ਹੈ ਕਿ ਅਸੀਂ ਸ਼ਿਵ ਸੈਨਾ ਗਲਤ ਹੈ, ਤਾਂ ਅਸੀਂ ਉਹਦੇ ਵਾਸਤੇ ਪੂਰੇ ਦੇ ਪੂਰੇ ਤਕੜੀ ਦੇ ਤਰਾਜੂ ਵਿੱਚ ਉਤਰਨ ਨੂੰ ਤਿਆਰ ਹਾਂ। ਅਸੀਂ ਚਾਹੁੰਦੇ ਹਾਂ ਕਿ ਉਸਦਾ ਡੋਪ ਟੈਸਟ ਹੋਵੇ, ਤਾਂ ਕਿ ਉਹਨਾਂ ਨੂੰ ਸੱਚਾਈ ਪਤਾ ਲੱਗੇ ਕਿ ਵਾਕਈ ਹਰਜੀਤ ਸਿੰਘ ਇਹ ਨਸ਼ੇ ਦੇ ਵਪਾਰੀਆਂ ਦੇ ਨਾਲ ਨਹੀਂ ਮਿਲਿਆ, ਬਲਕਿ ਇਹ ਆਪ ਖੁਦ ਵੀ ਨਸ਼ਾ ਕਰਦਾ ਸੀ। ਜਿਹੜਾ ਖੁਦ ਨਸ਼ਾ ਕਰ ਰਿਹਾ ਸੀ, ਤਾਂ ਉਹ ਬੰਦਾ ਸਮਾਜ ਦਾ ਕੀ ਭਲਾ ਕਰੇਗਾ? ਸਾਡੇ ਆਉਣ ਵਾਲੇ ਭਵਿੱਖ ਨੂੰ ਕੀ
ਨੌਜਵਾਨ ਸੋਕ ਦੀ ਵਜ੍ਹਾ ਨਾਲ ਖਾ ਰਿਹਾ। ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਇਸਦਾ ਡੋਪੈਸ ਕਰਾਇਆ ਜਾਵੇ ਤਾਂ ਕਿ ਪੂਰਾ ਜਿਹੜਾ ਪਾਣੀ ਦਾ ਪਾਣੀ ਸਾਫ਼ ਹੋ ਸਕੇ। ਸ਼ਿਵ ਸੈਨਾ ਜਿਹੜੀ ਆ ਕਿ ਹੁਣ ਕੀ ਅਲਟੀਮੇਟਮ ਦੇ ਰਹੀ ਆ, ਕਿੰਨੇ ਟਾਈਮ ਦਾ ਅਲਟੀਮੇਟਮ ਦੇ ਰਹੀ ਆ ਸਰਕਾਰ ਨੂੰ ਕਿ ਇਹਨਾਂ ਦੋਨਾਂ ਅਫਸਰਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ? ਅਸੀਂ 72 ਘੰਟੇ ਦਾ ਅਲਟੀਮੇਟਮ ਦੇ ਰਹੇ ਹਾਂ। 72 ਘੰਟਿਆਂ ਦੇ ਵਿੱਚ ਅਗਰ ਇਹਨਾਂ ਦੋਨਾਂ ਦੇ ਖਿਲਾਫ਼ ਕਾਰਵਾਈ ਨਾ ਕੀਤੀ ਜਾਵੇ, ਜਿਸ ਤਰ੍ਹਾਂ ਕਿ ਇਹਨਾਂ ਨੂੰ ਮੈਂ ਪਹਿਲਾਂ ਵੀ ਮੰਗ ਕੀਤੀ ਹੈ, ਇਹਨਾਂ ਨੂੰ ਇਹਨਾਂ ਦੀ ਨੌਕਰੀ ਤੋਂ ਬਰਖਾਸਤ ਨਾ ਕੀਤਾ ਗਿਆ, ਅਤੇ ਸ਼ਿਵ ਸੈਨਾ ਆਪਣਾ ਪ੍ਰਦਰਸ਼ਨ ਜਾਰੀ ਰੱਖੇਗਾ। 72 ਘੰਟਿਆਂ ਤੋਂ ਬਾਅਦ ਸ਼ਿਵ ਸੈਨਾ ਆਪਣਾ ਅੰਦਾਜ਼ ਦੱਸੇਗੀ ਕਿ ਸ਼ਿਵ ਸੈਨਾ ਕਿਸ ਅੰਦਾਜ਼ ਦੇ ਵਿੱਚ ਇਹਨਾਂ ਨੂੰ ਮਕੇਲ ਪਾਏਗੀ। ਸਤਿ ਸ਼੍ਰੀ ਅਕਾਲ ਦੋਸਤੋ, ਨਗਾਰਾ ਦੇ ਵਿੱਚ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਆ। ਜਿਵੇਂ ਕਿ ਹੁਣੇ ਇੱਕ ਪ੍ਰੈਸ ਕਾਨਫਰੰਸ ਹੋਈ ਬਲਵਿੰਦਰ ਸ਼ਰਮਾ ਜੀ ਵੱਲੋਂ ਕਿ ਜਿਹੜਾ SHO ਕੱਥੂ ਨਗਰ ਉਹਨਾਂ ਨੂੰ ਲਗਾਤਾਰ ਧਮਕਾ ਰਹੇ ਨੇ, ਇਸ ਸੰਬੰਧੀ ਜਦੋਂ ਅਸੀਂ SHO ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹ ਥਾਣੇ ਵਿੱਚ ਹੀ ਹਨ, ਪਰ ਜਦੋਂ ਅਸੀਂ ਮੌਕੇ 'ਤੇ ਆਏਗੇ SHO ਸਾਹਿਬ ਥਾਣੇ ਜਾ ਚੁੱਕੇ ਨੇ। ਹੁਣ ਇਹ ਪਤਾ ਨਹੀਂ ਕੀ ਗੱਲ ਸੀ, ਇਹ ਕਿਉਂ ਗਏ ਨੇ ਜਾਂ ਕਿੱਥੇ ਗਏ ਨੇ, ਹੁਣ ਭਵਿੱਖ ਵਿੱਚ ਦੇਖਣਾ ਹੈ ਕਿ ਸੀਨੀਅਰ ਅਧਿਕਾਰੀ ਜਿਹੜੇ ਨੇ ਉਹ SHO ਸਾਹਿਬ ਜਾਂ ASI ਹਰਦੀਪ ਸਿੰਘ 'ਤੇ ਕੀ ਕਾਰਵਾਈ ਕਰਮ 'ਚ ਲਿਆਉਂਦੇ ਨੇ। ਨਗਾਰਾ TV ਲਈ ਹਰਦੇਵ ਪ੍ਰਿੰਸ, ਅੰਮ੍ਰਿਤਸਰ।